ਜੇਕਰ ਤੁਸੀਂ ਪਲੱਸ 2 ਕੀਤੀ ਹੋਈ ਹੈ ਗੈਪ ਵੀ ਬਹੁਤ ਜ਼ਿਆਦਾ ਪੈ ਚੁੱਕਿਆ ਹੈ ਪਰ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਕੈਨੇਡਾ ਵਿੱਚ ਕੀ ਤੁਹਾਡੇ ਲਈ ਪੀਆਰ ਦੀ ਆਪਸ਼ਨ ਹੈ ਕਿ ਨਹੀਂ ਅੱਜ ਡਿਟੇਲ ਵਿੱਚ ਤੁਹਾਨੂੰ ਪੀਆਰ ਪ੍ਰੋਸੈਸ ਬਾਰੇ ਸਮਝਾਉਣ ਜਾ ਰਹੇ ਹਾਂ ਕੌਣ-ਕੌਣ ਕਿਵੇਂ ਅਪਲਾਈ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦੀ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਤੇ ਅੱਜ ਖਾਸ ਜਾਣਕਾਰੀ ਤੁਹਾਨੂੰ ਸਾਂਝ ਕਰਾਂਗੇ ਹਾਲਾਂਕਿ ਕਾਲਸ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਕਰਵਾਉਣਾ ਚਾਹੂੰਗੀ ਜਿਹੜੇ ਅੱਜ ਦੇ ਗੈਸਟ ਅੱਜ ਦੇ ਮਹਿਮਾਨ ਸਾਡੇ ਨਾਲ ਸ਼ੋ ਵਿੱਚ ਨੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਰਿਤੂ 베ਰਲਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸ ਅਰਤੋ ਜੀ ਹਾਲਾਂਕਿ ਕਾਲਸ ਦਾ سلسلہ ਸ਼ੁਰੂ ਹੋ ਚੁੱਕਿਆ ਸੀ ਪਰ ਆਪਾਂ ਪਹਿਲੀ ਕਾਲ ਇਸ ਲਈ ਨਹੀਂ ਰੀਸੀਵ ਕੀਤੀ ਕਿਉਂਕਿ ਬਹੁਤ سارے ਸਵਾਲ ਸਾਡੇ ਕੋਲ ਆਉਂਦੇ ਆ ਲਗਾਤਾਰ ਤੁਸੀਂ ਜਿਹੜੇ ਵੀ ਸਾਡੇ ਨਾਲ ਸ਼ੋਜ਼ ਕੀਤੇ ਨੇ ਉਸ ਵਕਤ ਖਾਸ ਤੌਰ ਤੇ ਜਿਵੇਂ ਆਪਾਂ ਕਹੀਏ ਕਿ ਕੁਆਲੀਫਿਕੇਸ਼ਨ ਘਟਾ ਹੈ ਪਲੱਸ 2 ਚਾਹੇ ਸਿਰਫ ਕੀਤੀ ਹੋਈ ਹੈ ਗੈਪ ਬਹੁਤ ਜ਼ਿਆਦਾ ਹੈ ਕਿ ਉਹਨਾਂ ਲਈ ਵੀ ਸੈਟਲਮੈਂਟ ਦਾ ਕੋਈ ਜ਼ਰੀਆ ਹੈ ਕੈਨੇਡਾ ਵਿੱਚ ਕਿਉਂਕਿ ਕੰਮ ਕਈ ਕਰ ਰਹੇ ਹੁੰਦੇ ਨੇ ਐਕਸਪੀਰੀਅੰਸ ਦਾ ਕੋਈ ਉਹਨਾਂ ਕੋਲ ਪ੍ਰੂਫ ਨਹੀਂ ਹੁੰਦਾ ਅ ਬਿਲਕੁਲ ਮੈਮ ਪੀਆਰ ਪ੍ਰੋਗਰਾਮ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਹ ਸਟਾਰਟ ਹੀ ਇੱਥੋਂ ਹੁੰਦਾ ਹੈ ਕਿ ਤੁਹਾਡੇ ਪੁਆਇੰਟ ਕਿੰਨੇ ਬਣ ਰਹੇ ਨੇ ਤੇ ਕਿਵੇਂ ਬਣ ਰਹੇ ਨੇ ਬਹੁਤ ਸਾਰੇ ਏਦਾਂ ਦੇ ਐਪਲੀਕੈਂਟਸ ਹੁੰਦੇ ਆਂ ਦੇ ਆਰ ਟ੍ਰੇਡ ਪਰਸਨ ਹੇਅਰ ਪਲੰਬਰ ਹੈਗੇ ਇਲੈਕਟ੍ਰੀਸ਼ੀਅਨ ਹੈਗੇ ਵੈਲਡਰ ਹੈਗੇ ਬਟ ਦੇ ਡੋਨਟ ਹੈਵ ਕ੍ਰਾਈਟੇਰੀਆ ਕਿ ਉਹ ਕਿਵੇਂ ਆਪਣੇ ਸਪਨੇ ਜਿਹੜੇ ਉਹਨਾਂ ਨੂੰ ਸਹਾਰ ਕਰ ਸਕਦੇ ਆ ਤੇ ਪੀਆਰ ਪ੍ਰੋਗਰਾਮ ਦੇ ਵਿੱਚ ਵੀ ਹੈਵ ਸੋ ਮਨੀ ਆਪਸ਼ਨਸ ਫੋਰ ਟ੍ਰੇਡ ਪਰਸਨਸ ਜਿਹੜੇ ਇੱਥੇ ਕੁੱਕ ਨੇ ਸ਼ੈਫ ਨੇ ਜਾਂ ਫਿਰ ਹੈਲਪਰਸ ਨੇ ਕਿਚਨ ਦੇ ਵਿੱਚ ਕੰਮ ਕਰ ਰਹੇ ਨੇ ਫੂਡ ਸੁਪਰਵਾਈਜ਼ਰ ਨੇ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਨੋਕ ਹੈ ਉਹ ਡਿਮਾਂਡ ਦੇ ਵਿੱਚ ਆ ਰਿਹਾ ਹੈ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਬਟ ਦੇ ਆਰ ਲੈਕਿੰਗ ਵਿਦ ਸਮ ਪੁਆਇੰਟਸ ਉਹਨਾਂ ਦੇ ਪੁਆਇੰਟ ਜਿਹੜੇ ਆ ਉਹ ਘਟ ਪੈ ਰਹੇ ਨੇ ਤੇ ਸਾਡੀ ਜਿਹੜੀ ਟੀਮ ਹੈ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਮਿਲ ਕੇ ਉਹਨਾਂ ਦੇ ਜਿਹੜੇ ਪੁਆਇੰਟਸ ਹੈ ਉਹਨਾਂ ਨੂੰ ਕਵਰ ਕਰਾ ਕੇ ਉਹਨਾਂ ਦੀ ਜਿਹੜੀ ਪੀਆਰ ਹੈ ਉਹ ਜ਼ਰੂਰ ਕਰਾ ਕੇ ਦੇ ਰਹੇ ਨੇ ਜੇ ਤੁਸੀਂ ਸਾਡੇ ਇੰਸਟਾ ਪੇਜ ਨੂੰ ਫੋਲੋ ਕਰਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਡੇਲੀ ਬੇਸਿਸ ਤੇ ਸਾਡੀ ਜਿਹੜੀ ਪੀਆਰ ਹੈ ਵਰਕ ਪਰਮਿਟਸ ਹੈ ਉਹ ਆਂਦੇ ਪਏ ਨੇ ਤੇ ਬਹੁਤ ਸਾਰੀ ਜਿਹੜੀ ਫੈਮਲੀਆਂ ਨੇ ਉਹ ਉੱਥੇ ਸੈਟਲਮੈਂਟ ਜੀ ਜੀ ਬਿਲਕੁਲ ਤੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਤੁਹਾਡਾ ਕੋਈ ਸਵਾਲ ਹੋਵੇ ਪੀਆਰ ਨੂੰ ਲੈ ਕੇ ਚਾਹੇ ਕਿ ਸਟੱਡੀ ਵੀਜ਼ਾ ਸੀ 쇼 ਦੇ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਗੱਲ ਜ਼ਰੂਰ ਕਰਾਂਗੇ ਤੁਹਾਡਾ ਕੋਈ ਵੀ ਸਵਾਲ ਹੈ 쇼 ਦੇ ਦੌਰਾਨ ਵੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਡਿਸਪਲੇਜ ਇਸ ਉੱਪਰ ਕਾਲ ਕਰੋ ਤੇ 쇼 ਦੇ ਦੌਰਾਨ ਹੀ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰੋ ਆਪਾਂ ਫਿਲਹਾਲ ਕੈਨੇਡਾ ਪੀਆਰ ਦੀ ਗੱਲ ਕਰ ਰਹੇ ਹਾਂ ਸੋ ਇੱਥੇ ਆਪਾਂ ਅਗਰ ਗੱਲ ਕਰੀਏ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਅੱਜਕੱਲ੍ਹ ਕਈ ਤਰ੍ਹਾਂ ਦੀ ਜਾਣਕਾਰੀ ਹਾਸਲ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਜਾਣਕਾਰੀ ਦੇ ਉੱਪਰ ਵੀ ਸਟੂਡੈਂਟ ਕੇਵਰ ਬਹੁ ਰੋਸਾ ਕਰ ਲੈਂਦੇ ਨੇ ਪਰ ਬਾਅਦ ਵਿੱਚ ਚੀਜ਼ਾਂ ਹੋਰ ਨਿਕਲਦੀਆਂ ਸੋ ਸਹੀ ਜਾਣਕਾਰੀ ਲੈਣ ਦੇ ਲਈ ਜਾਂ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਕੀ ਸਹੀ ਹੈ ਉਹਨਾਂ ਨੂੰ ਕਿਹੜੇ ਰਸਤੇ ਤੇ ਤੁਰਨਾ ਚਾਹੀਦਾ ਆ ਮੈਮ ਸਭ ਤੋਂ ਪਹਿਲਾਂ ਤਾਂ ਕੰਸਲਟੈਂਟ ਦੀ ਜਿਹੜੀ ਚੋਣ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜਿੱਥੋਂ ਫਾਈਲ ਲਵਾ ਰਹੇ ਹੋ ਕਿਹਾ ਉਹਨਾਂ ਦੇ ਕੀ ਉਹਨਾਂ ਦੇ ਕੋਲ ਲਾਇਸੈਂਸ ਹੈਗਾ ਹੈ ਕਿ ਨਹੀਂ ਹੈ ਲਾਇਸੈਂਸ ਤੋਂ ਇਲਾਵਾ ਉਹਨਾਂ ਦੇ ਕੋਲ ਐਕਸਪੀਰੀਅੰਸ ਹੈਗਾ ਹੈ ਕਿ ਨਹੀਂ ਹੈ ਲਾਇਸੈਂਸ ਵੀ ਕਈ ਲੋਕਾਂ ਦੇ ਕੋਲ ਹੈ ਬਟ ਦੇ ਡੋਨਟ ਹੈਵ ਐਕਸਪੀਰੀਅੰਸ ਉਹਨਾਂ ਦੀ ਖੁਦ ਦੀ ਕਦੇ ਟਰੈਵਲਿੰਗ ਨਹੀਂ ਹੁੰਦੀ ਕਦੇ ਕੋਈ ਵੀਜ਼ਾ ਨਹੀਂ ਲਾਇਆ ਹੁੰਦਾ ਪਹਿਲਾਂ ਤੁਹਾਨੂੰ ਹਿਸਟਰੀ ਚੈੱਕ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਨੇ ਕਿੰਨਾ ਐਕਸਪੀਰੀਅੰਸ ਹੈ ਕਿੰਨੇ ਕੇਸਸ ਨੂੰ ਉਹ ਕਿੱਦਾਂ ਰਿਪਰੈਜ਼ੈਂਟ ਕਰ ਰਹੇ ਨੇ ਜ ਪਰੋਵਾਈਡ ਕਰਦੇ ਆ ਕਿ ਸਭ ਤੋਂ ਪਹਿਲਾਂ ਤੁਹਾਡੇ ਪ੍ਰੋਫਾਈਲ ਦੇ ਰਿਲੇਵੈਂਟ ਕਿਹੜੇ ਵੀਜ਼ਾ ਤੇ ਤੁਸੀਂ ਆਪਣੀ ਫਾਈਲ ਜਿਹੜੀ ਅਪਲਾਈ ਕਰ ਸਕਦੇ ਹੋ ਸਾਰਿਆਂ ਲਈ ਪੀਆਰ ਵੀ ਨਹੀਂ ਹੋ ਸਕਦਾ ਸਾਰਿਆਂ ਲਈ ਸਟੂਡੈਂਟ ਵੀ ਨਹੀਂ ਹੋ ਸਕਦਾ ਸਾਰਿਆਂ ਲਈ ਵਿਜ਼ਟਰ ਵੀ ਨਹੀਂ ਹੋ ਸਕਦਾ देयर आर ਸੋ ਮਨੀ ਕੈਟੇਗਰੀਜ਼ ਟੂ ਅਪਲਾਈ ਯੋਰ ਕੇਸ ਫॉर ਕੈਨੇਡਾ ਕੰਟਰੀ ਕੰਟਰੀ ਦੇ ਵਿੱਚ ਬਹੁਤ ਸਾਰੇ ਤਰੀਕੇ ਨੇ ਕਈ ਵਾਰੀ ਬਿਜ਼ਨਸਮੈਨ ਹੁੰਦਾ ਹੈ ਜਿਹਦਾ ਬਜਟ ਜ਼ਿਆਦਾ ਹੁੰਦਾ ਬਟ ਉਹ ਉੱਥੇ ਜਾ ਕੇ ਮਿਹਨਤ ਨਹੀਂ ਕਰਨਾ ਜਾਂਦਾ ਉਹਨੂੰ ਜੋਬ ਨਹੀਂ ਚਾਹੀਦੀ ਉਹਨੂੰ ਸਟੇਟਸ ਚਾਹੀਦਾ ਤੇ ਇੱਕ ਬਿਜ਼ਨਸ ਚਾਹੀਦਾ ਵੀ ਹੈ ਵੀ ਹੈਵ ਕੈਪेबल ਟੀਮ ਜੋ ਤੁਹਾਨੂੰ ਉੱਥੇ ਇੱਕ ਬਿਜ਼ਨਸ ਜੋ ਵੀ ਇਨਵੈਸਟ ਕਰਾ ਕੇ ਦੇ ਸਕਦਾ ਹੈ ਕਿ ਇਸ ਬਿਜ਼ਨਸ ਦੇ ਰਾਹੀਂ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਉੱਥੇ ਸੈਟਲਮੈਂਟ ਲੈ ਸਕਦੇ ਹੋ ਇੱਕ ਨਵਾਂ ਬਿਜ਼ਨਸ ਉੱਥੇ ਵੀ ਸਟਾਰਟ ਕਰ ਸਕਦੇ ਹੋ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਪ੍ਰੋਫਾਈਲ ਤੇ ਡਿਪੈਂਡ ਕਰਦੀਆਂ ਕਿੱਦਾਂ ਦੀ ਪ੍ਰੋਫਾਈਲ ਨੂੰ ਕਿੱਦਾਂ ਦੀ ਕਾਉਂਸਲਿੰਗ ਜਿਹੜੀ ਹੈ ਦੇਣੀ ਚਾਹੀਦੀ ਹੈ ਕਿੱਦਾਂ ਦੀ ਕਾਉਂਸਲਿੰਗ ਦੇ ਥਰੂ ਉਹਨੂੰ ਵੀਜ਼ਾ ਲੈ ਕੇ ਦੇਣਾ ਜੀ ਬਿਲਕੁਲ ਜਿਵੇਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ ਆਪਾਂ ਇਸੇ ਤੋਂ ਪਰ ਅਗਰ ਅੱਗੇ ਤੁਰੀਏ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਕੈਨੇਡਾ ਵਿੱਚ ਤਾਂ ਉਸ ਦੇ ਲਈ ਪਿੱਛੇ ਕਿਹੜੇ ਕਿਹੜੇ ਪੁਆਇੰਟਸ ਸਟਰੋਂਗ ਹੋਣੇ ਚਾਹੀਦੇ ਨੇ ਕਿਹੜੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਹੈ ਕਿ ਆਲਰੇਡੀ ਜਿਹੜਾ ਬਿਜ਼ਨਸ ਇੱਥੇ ਕਰ ਰਹੇ ਨੇ ਉਸੇ ਨੂੰ ਐਕਸਪੈਂਡ ਕਰਨ ਲਈ ਅੱਗੇ ਅਪਲਾਈ ਕਰ ਸਕਦੇ ਆ ਮੈਮ ਵੈਸੇ ਤਾਂ ਜੇ ਤੁਸੀਂ ਇੱਥੋਂ ਹੀ ਆਪਣਾ ਬਿਜ਼ਨਸ ਪਲਾਨ ਜਿਹੜਾ ਹੈ ਐਮਬੈਸੀ ਨੂੰ ਜਾਂ ਫਿਰ ਗਵਰਨਮੈਂਟ ਅਥਾਰਟिटीज ਨੂੰ ਪ੍ਰੋਵਾਈਡ ਕਰ ਦਿਓ ਫਿਰ ਤੁਹਾਡੇ ਕੋਲ 5 ਸਾਲ ਦਾ ਪ੍ਰੀਵੀਅਸ ਐਕਸਪੀਰੀਅੰਸ ਸੇਮ ਫੀਲਡ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਟ ਜੇ ਤੁਸੀਂ ਇਥੋਂ ਕੋਈ ਸਟੇਟਸ ਲੈ ਕੇ ਜਾਂਦੇ ਹੋ ਮੰਨ ਲਓ ਤੁਸੀਂ ਵਿਸਟਰ ਵੀਜ਼ਾ ਲੈ ਲਿਆ ਐਂਡ ਯੂ ਵਾਂਟ ਟੂ ਐਕਸਪਲੋਰ ਕਿ ਤੁਸੀਂ ਕਿਹੜੇ ਕਿਹੜੇ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ ਤਾਂ ਸਟੇਟਸ ਲੈਣ ਤੋਂ ਬਾਅਦ ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਹੋ ਸਮ ਟਾਈਮ ਉੱਥੇ ਕੀ ਹੁੰਦਾ ਰਨਿੰਗ ਬਿਜ਼ਨਸ ਬਹੁਤ ਜ਼ਿਆਦਾ ਆਊਟਲੈਟਸ ਜਿਹੜੇ ਹੁੰਦੇ ਆ ਉਹ ਸੇਲ ਤੇ ਲੱਗੇ ਹੁੰਦੇ ਆ ਬ੍ਰਾਂਡ ਦੇ ਆਊਟਲੈਟਸ ਹੁੰਦੇ ਆ ਜੋ ਕਿ ਆਪਣੀ ਜਿਹੜੀ ਪਾਰਟਨਰਸ਼ਿਪ ਦਾ ਸ਼ੇਅਰ ਹੈ ਉਹ ਵੀ ਸੇਲ ਤੇ ਲਾਇਆ ਹੁੰਦਾ ਹੈ ਜਾਂ ਫਿਰ ਦੀਆਂ ਦੀ 5 ਸਾਲ ਪਹਿਲਾਂ ਦੀ ਡਿਊ ਡਿਲੀਜੈਂਸ ਸਾਡੀ ਟੀਮ ਜਿਹੜੀ ਆ ਪ੍ਰੋਪਰ ਚੈੱਕ ਕਰਦੀ ਹੈ ਕਿ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਬਾਅਦ ਤੁਹਾਨੂੰ ਰਿਟਰਨਸ ਆਣਗੇ ਕਿ ਨਹੀਂ ਆਣਗੇ ਇਹ ਬਹੁਤ ਸਾਰਾ ਵਰਕ ਆਊਟ ਹੈ ਇੱਕ ਟੀਮ ਵਰਕ ਹੈ ਹਰ ਇੱਕ ਐਪਲੀਕੈਂਟ ਦੀ ਪ੍ਰੋਫਾਈਲ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਸੁਜੈਸਟ ਕਰਕੇ ਉਹਨਾਂ ਨੂੰ ਜਿਹੜਿਆ ਸਕਸੈਸ ਹੈ ਲੈ ਕੇ ਦਿੰਦੇ ਹਾਂ ਉਹਨਾਂ ਦੇ ਵੀਜ਼ੇ ਲਈ ਜੀ ਬਿਲਕੁਲ ਤੇ ਅੱਗੋਂ ਆਪਾਂ ਇੱਕ ਵਾਰੀ ਸ਼ੋਅ ਦੇ ਵਿੱਚ ਖੇਤੀਬਾੜੀ ਨਾਲ ਜੁੜੀ ਵੀ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਬਹੁਤ ਸਾਰੇ ਸਵਾਲ ਆਏ ਨੇ ਕਿ ਕਿਉਂਕਿ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਕੀਤਾ ਜੋ ਹੈ ਖੇਤੀਬਾੜੀ ਹੁੰਦਾ ਸੋ ਆਧਾਰ ਤੇ ਕਿਵੇਂ ਕੋਈ ਕੈਨੇਡਾ ਦੀ ਪੀਆਰ ਲੈ ਸਕਦਾ ਹਾਲਾਂਕਿ ਪਹਿਲਾਂ ਵੀ ਸ਼ੋਅ ਚ ਤੁਸੀਂ ਕਲੀਅਰ ਕੀਤਾ ਸੀ ਪਰ ਇੰਨੇ ਸਾਰੇ ਸਵਾਲ ਆਏ ਨੇ ਕਿ ਮੈਂ ਚਾਹੂੰਗੀ ਇੱਕ ਵਾਰੀ ਫਿਰ ਆਪਾਂ ਇਸ ਸ਼ੋਅ ਦੇ ਜ਼ਰੀਏ ਜ਼ਰੂਰ ਇਹ ਚੀਜ਼ ਕਲੀਅਰ ਕਰੀਏ ਆ ਬਿਲਕੁਲ ਮੈਮ ਫਾਰਮ ਕੈਟਾਗਰੀ ਦੇ ਵਿੱਚ ਬਹੁਤ ਸਾਰੇ ਤਰੀਕੇ ਨੇ ਅਪਲਾਈ ਕਰਨ ਦੇ farm supervisor farm worker ya farm investment ਜੇ ਤੁਸੀਂ farm worker ਲਈ ਅਪਲਾਈ ਕਰੋ ਤੁਹਾਨੂੰ ਆਲਸ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਕੋਲ ਆਪਣੇ ਨਾਂ ਦੇ ਜੇ ਫਾਰਮ ਹੋਣੇ 2 ਸਾਲ ਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਕੋਲ ਆਪਣੀ ਜਿਹੜੀ ਜ਼ਮੀਨ ਨਹੀਂ ਵੀ ਹੈ ਤੁਸੀਂ ਲੀਸ ਤੇ ਲੈ ਕੇ ਕੰਮ ਕਰ ਰਹੇ ਹੋ ਯੂ ਸ਼ੁਡ ਹੈਵ ਐਕਸਪੀਰੀਅੰਸ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਐਕਸਪੀਰੀਅੰਸ ਦੇ ਬੇਸਿਸ ਤੇ ਅਸੀਂ ਤੁਹਾਡੀ ਜਿਹੜੀ ਕੇਸ ਹੈ ਉਹਨੂੰ ਪ੍ਰੋਸੀਡ ਕਰਦੇ ਹਾਂ ਉੱਥੇ ਦੀ ਜਿਹੜੀ ਟੀਮ ਹੈ ਉਹ ਤੁਹਾਨੂੰ ਪਹਿਲਾਂ ਅਸੈਸ ਕਰੂਗੀ ਜੇ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਹੈਗੇ ਆ ਤੁਸੀਂ ਆਪਣਾ ਜਿਹੜਾ ਇੱਥੋਂ ਆਪਣਾ ਸਟੇਟਸ ਲੈ ਕੇ ਉੱਥੇ ਜਾ ਸਕਦੇ ਹੋ ਉਸ ਤੋਂ ਬਾਅਦ ਪੀਆਰ ਅਪਲਾਈ ਕਰ ਸਕਦੇ ਹੋ ਬਟ ਫਾਰਮ ਵਰਕਰ ਦਾ ਜਿਹੜਾ ਵੀਜ਼ਾ ਹੁੰਦਾ ਹੈ दैट इज ਓਨਲੀ ਫਾਰ 1 ਇਅਰ ਇਸ ਤੋਂ ਬਾਅਦ ਤੁਸੀਂ ਫਾਰਮ ਸੁਪਰਵਾਈਜ਼ਰ ਦੇ ਵਿੱਚ ਆਪਣੀ ਪ੍ਰੋਮੋਸ਼ਨ ਲੈਣ ਤੋਂ ਬਾਅਦ ਆਪਣੀ ਪੀਆਰ ਜਿਹੜੀ ਹੈ ਸਿਕਿਉਰ ਕਰ ਸਕਦੇ ਹੋ ਸਮ ਟਾਈਮ ਕੀ ਹੁੰਦਾ ਹੈ ਕਿ ਬੱਚੇ ਦੀ ਕਾਫੀ ਅੱਛਾ ਐਕਸਪੀਰੀਅੰਸ ਵੀ ਹੁੰਦਾ ਹੈ ਐਂਡ ਉਹਦੇ ਕੋਲ ਬਜਟ ਵੀ ਹੁੰਦਾ ਹੈ ਤੁਸੀਂ ਸਟੇਟਸ ਲੈਣ ਤੋਂ ਬਾਅਦ ਉੱਥੇ ਆਪਣੇ ਆਪਣੇ ਫਾਰਮਸ ਵੀ ਲੈ ਸਕਦੇ ਹੋ ਬਿਕੋਜ਼ ਜ਼ਮੀਨ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਇੰਡੀਆ ਤੋਂ ਜ਼ਿਆਦਾ ਸਸਤੀ ਹੈ ਜ਼ਿਆਦਾ ਉਪਜਾਊ ਹੈ ਜ਼ਿਆਦਾ ਵਧੀਆ ਜਿਹੜੀ ਹੈ ਮੈਨੇਜਮੈਂਟ ਹੈ ਕੰਮ ਕਰਨ ਦੇ ਵਿੱਚ ਜ਼ਿਆਦਾ ਸੁੱਖ ਹੈ ਤੇ ਘੱਟ ਖਰਚੇ 'ਚ ਵਧੀਆ ਕੀਤੀ ਉੱਥੇ ਜਿਹੜੀ ਹੈ ਹੋ ਜਾਂਦੀ ਹੈ ਜੀ ਜੀ ਬਿਲਕੁਲ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਡਾਕੂਮੈਂਟਸ ਜਿਵੇਂ ਤੁਸੀਂ ਹਾਲਾਂਕਿ ਕਾਫੀ ਕਲੀਅਰ ਕੀਤਾ ਹੀ ਹੈ ਜਿਵੇਂ ਅੱਗੋਂ ਆਪਾਂ ਗੱਲ ਕਰੀਏ ਕਿਸੇ ਪਰਿਵਾਰ ਦੇ ਬੱਚੇ ਅੱਗੋਂ ਸੈਟਲ ਹੋਣਾ ਚਾਹੁੰਦੇ ਕੇ ਵੀ ਉਹਨਾਂ ਦੇ ਨਾਂ ਤੇ ਚੀਜ਼ਾਂ ਨਹੀਂ ਹੁੰਦੀਆਂ ਹੋਵੇ ਤੇ ਉਹਨਾਂ ਨੂੰ ਕਿਵੇਂ ਹੈਲਪ ਹੋ ਸਕਦੀ ਹੈ ਆ ਮੈਮ ਜਿਵੇਂ ਬਹੁਤ ਸਾਰੀ ਐਦਾ ਦੀ ਐਪਲੀਕੈਂਟ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੀ ਜਿਹੜੀ ਜ਼ਮੀਨ ਹੈ ਉਹ ਦਾਦੇ ਆ ਫਿਰ ਪਾਪਾ ਦੇ ਨਾਂ ਤੇ ਹੁੰਦੀ ਹੈ ਬਟ ਜਦੋਂ ਅਸੀਂ ਉਹਨਾਂ ਦੀ ਪ੍ਰੋਫਾਈਲ ਨੂੰ ਕ੍ਰੀਏਟ ਕਰਦੇ ਆ ਉਹਦੇ ਚ ਜਿੰਨੇ ਵੀ ਮਤਲਬ ਉਹਨਾਂ ਦੀ ਫੈਮਿਲੀ ਦੇ ਮੈਂਬਰ ਹੈ ਉਹਦੇ ਅਕੋਰਡਿੰਗ ਨਾ ਆਂਦਾ ਉਹਦੀ ਪਾਵਰ ਆਫ ਅਟਾਰਨੀ ਵੀ ਤੁਸੀਂ ਲਾ ਸਕਦੇ ਹੋ ਉਸ ਤੋਂ ਇਲਾਵਾ ਜੇ ਫਾਰਮ ਇਸ ਦੀ ਮੋਸਟ ਇੰਪੋਰਟੈਂਟ ਥਿੰਗ ਕਿ ਤੁਹਾਨੂੰ ਐਕਸਪੀਰੀਅੰਸ ਹੈ ਤੁਸੀਂ ਆਪਣੀ ਫਸਲ ਨੂੰ ਕੱਟ ਕੇ ਉੱਥੇ ਸੇਲ ਵੀ ਕੀਤਾ ਹੈ ਉਹ ਇੱਕ ਆਨਲਾਈਨ ਰਿਕਾਰਡ ਹੈ ਤੇ ਤਹਿਸੀਲਦਾਰ ਤੋਂ ਅਸੀਂ ਇਨਕਮ ਸਰਟੀਫਿਕੇਟ ਵੀ ਲੈ ਸਕਦੇ ਹਾਂ ਆਪਣੀ ਰਿਪੋਰਟ ਬਣਵਾ ਸਕਦੇ ਹਾਂ ਕਿ ਜੀ ਇੰਨੇ ਸਾਲਾਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ ਤੇ ਇਸ ਤੇ ਵੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਤੁਸੀਂ ਐਜ਼ ਅ ਫਾਰਮ ਵਰਕਰ ਇੰਡੀਆ ਚ ਕੰਮ ਕੀਤਾ ਹੈ ਜੀ ਠੀਕ ਹੈ ਤੇ ਕਾਲਰ ਸਾਡੇ ਨਾਲ ਜੁੜ ਰਹੇ ਨੇ ਹੈਲੋ हाँ जी सत काल जी की नाम है कि जगह तो बोल रहे हो हाँ जी सत श्रीकाल मैं मेरा नाम प्रियंका शर्मा है मैं मोहाली से बात कर रही हूँ हाँ जी प्रियंका जी की सवाल है मैम मैंने ना एक्चुअली जी की है ठीक है 2019 और में और मेरे पास आई एस में फाइव बैंड है ठीक है तो मेरे पास तीन साल का एक्सपीरियंस है ठीक है जी, हाँ जी तो मैं किस चीज़ के लिए एलिजिबल हूँ कैनेडा में ओके ਹਾਂ ਬਿਲਕੁਲ ਮੈਮ ਜੇ ਤੁਸੀਂ ਜੀ ਐਨ ਐਮ ਨਰਸਿੰਗ ਕੀਤੀ ਹੈ ਤੇ ਤੁਸੀਂ ਐਕਸਪੀਰੀਅੰਸ ਵੀ ਤੁਹਾਡੇ ਕੋਲ ਲੇ ਕੋਲ ਹੈਗਾ ਤੇ ਐਲ ਸੀ ਤੁਸੀਂ ਕੀਤੀ ਹੈ ਤੁਸੀਂ ਬਿਲਕੁਲ ਬਹੁਤ ਸਾਰੀ ਜਿਹੜੀ ਆਪਸ਼ਨਸ ਹੈਗੀ ਹੈ ਕੈਨੇਡਾ ਦੇ ਵਿੱਚ ਅਵੇਲੇਬਲ ਹੈ ਜਿਵੇਂ ਡੇ ਕੇਅਰ ਵਰਕਰ ਦੀ ਪੋਜੀਸ਼ਨ ਹੈ ਇਸ ਤੋਂ ਇਲਾਵਾ ਤੁਹਾਡੇ ਨੈਨੀ ਦੀ ਪ੍ਰੋਫਾਈਲ ਹੁੰਦੀ ਹੈ ਇੱਕ ਬਹੁਤ ਹੀ ਵਧੀਆ ਪ੍ਰੋਫਾਈਲ ਹੈ ਜਿਹਦੇ ਵਿੱਚ ਤੁਸੀਂ ਬਹੁਤ ਸਿੰਪਲੀ ਅਪਲਾਈ ਕਰ ਸਕਦੇ ਹੋ ਸਮ ਟਾਈਮ ਸਾਡੀ ਫੈਮਿਲੀ ਦੇ ਵਿੱਚੋਂ ਕੋਈ ਵੀ ਉੱਥੇ ਰਹਿ ਰਿਹਾ ਹੁੰਦਾ ਹੈ ਜਿਨ੍ਹਾਂ ਦੇ ਘਰੇ ਕੋਈ ਨਾ ਕੋਈ ਬਜ਼ੁਰਗ ਜਾਂ ਬਿਮਾਰ ਹੁੰਦਾ ਹੈ ਜਾਂ ਫਿਰ ਛੋਟੇ ਬੱਚਿਆਂ ਦੇ ਲਈ ਲੋਡ ਹੁੰਦੀ ਹੈ ਜੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜਦੀ ਇਨਕਮ ਜਿਹੜੀ ਹੈ 1.5 ਲੱਖ ਡਾਲਰ ਤੋਂ ਉੱਤੇ ਜਾ ਰਹੀ ਹੈ ਤੁਸੀਂ ਆਪਣੇ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਵੀ ਐਜ਼ ਅ ਨੈਨੀ ਬੁਲਾ ਸਕਦੇ ਹੋ ਉਹਦੇ ਲਈ ਕੋਈ ਖਾਸ ਗਾਈਡਲਾਈਨ ਨਹੀਂ ਹੈ ਤੁਹਾਨੂੰ ਬਸ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਸਮ ਟਾਈਮ ਸਾਡੇ ਇੱਥੇ ਇੰਡੀਆ 'ਚ ਟੀਚਰ ਦਾ ਪ੍ਰੋਫਾਈਲ ਹੁੰਦਾ ਹੈ ਜਾਂ ਫਿਰ ਜਿਵੇਂ ਜੀਐਨਐਮ ਨਰਸਿੰਗ ਦਾ ਪ੍ਰੋਫਾਈਲ ਹੁੰਦਾ ਹੈ ਨੈਨੀ ਦਾ ਪ੍ਰੋਫਾਈਲ ਹੁੰਦਾ ਹੈ ਇਹਨਾਂ ਦੇ ਪ੍ਰੋਫਾਈਲ ਜਿਹੜੀ ਹੈ ਉਸ ਵੀਜ਼ੇ ਲਈ ਬਿਲਕੁਲ ਕੁਆਲੀਫਾਈ ਕਰਦੀ ਹੈ ਐਂਡ ਯੂ ਡੋਨਟ ਨੀਡ ਐਨੀ ਕਾਈਂਡ ਆਫ ਐਲਐਮਆਈਏ ਕੋਈ ਜੌਬ ਐਂਡ ਅਸੀਂ ਬੁਲਾ ਰਹੇ ਹਾਂ ਅਸੀਂ ਇਹ ਪੇ ਕਰਾਂਗੇ ਉਸ ਤੋਂ ਇਲਾਵਾ ਤੁਹਾਡੀ ਜਿਹੜੀ ਫਾਈਲ ਹੈ ਐਮਬੈਸੀ ਦੇ ਵਿੱਚ ਤੁਸੀਂ ਐਜ਼ ਅ ਵਰਕ ਪਰਮਿਟ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਹੈ ਤੇ ਉਸ ਬੇਸਿਸ ਤੇ ਤੁਸੀਂ ਵੀਜ਼ਾ ਲੈ ਸਕਦੇ ਹੋ ਜੀ ਬਿਲਕੁਲ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਦੇਖਿਓ ਹਰੇਕ ਦੀ ਅਲੱਗ ਪ੍ਰੋਫਾਈਲ ਹੁੰਦੀ ਹੈ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕੰਮ ਦਾ ਤੇ ਤੁਸੀਂ ਉਸ ਦੇ ਆਧਾਰ ਤੇ ਅਗਰ ਤੁਹਾਡਾ ਕੋਈ ਸਵਾਲ ਹੈ ਜ਼ਰੂਰ ਸ਼ੋਅ ਦੇ ਦੌਰਾਨ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਏਗਾ ਇਨ ਕੇਸ ਸ਼ੋਅ ਦੇ ਦੌਰਾਨ ਤੁਹਾਡੀ ਕਾਲ ਨਹੀਂ ਲੱਗਦੀ ਹੈ ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਸਲਾਹ ਜ਼ਰੂਰ ਲੈ ਸਕਦੇ ਹੋ ਜੇਕਰ ਤੁਸੀਂ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸੈਕਟਰ 82 ਮੁਹਾਲੀ ਵਿੱਚ ਇਹਨਾਂ ਦਾ ਆਫਿਸ ਹੈ ਜ਼ਰੂਰ ਆਓ ਆਪਣੀ ਡਾਕੂਮੈਂਟਸ सही रास्ते पे जरूर चलो सो so, इस तो पहला कि मैं स्किल्ड uh, वर्कर वीजा दी बात करा उस तो पहला मैं बात करना चाहूँगी चलो खैर हले एक और uh, सी कॉल रिसीव कर लन है हैलो हेलो हेलो जी सास्त्री काल जी की ना मैं केडी जगह तो बोल रहे हो हाँ जी सास्त्री काल जी हरजोत गल कर रही हूं फोजपुर तो की सवाल है जी मैम मेरे ब्रदर ने वीए की थी हुई है जी और सिक्स ओवरऑल सिक्स बैंड आवे और डाटा ਕੀ ਹਾਂਜੀ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਮੈਮ ਡਾਟਾ ਐਂਟਰੀ ਦੇ ਵਿੱਚ 2 ਇਅਰਸ ਹੈ ਓਕੇ ਅ ਇਹਦੇ ਚ ਮੈਮ ਵੀ ਕੈਨ ਅਪਲਾਈ ਫੋਰ ਡਾਟਾ ਐਂਟਰੀ ਤਾਂ ਨਹੀਂ ਅਸੀਂ ਕਲੀਅਰ ਕਹਾਂਗੇ ਬਟ ਇਸ ਤੋਂ ਇਲਾਵਾ ਕਾਫੀ ਸਾਰੀ ਜਿਹੜੀ ਜੋਬ ਰਿਸਪੌਂਸਿਬਿਲਟੀਜ਼ ਹੈ ਜੋ ਵੀ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰਦੀ ਹੈ ਉਸ ਦੇ ਬੇਸਿਸ ਤੇ ਅਸੀਂ ਤੁਹਾਡੀ ਪੀਆਰਟੀ ਜਿਹੜੀ ਫਾਈਲ ਰਿਪਰੈਜ਼ੈਂਟ ਕਰ ਸਕਦੇ ਹਾਂ ਡਾਟਾ ਐਂਟਰਾ ਦੀ ਐਂਟਰੀ ਦੀ ਜੋ ਵੀ ਜੋਬ ਰਿਸਪੌਂਸਿਬਿਲਟੀਜ਼ ਹੈ ਅੱਗੇ ਕਿਹੜੇ ਨੌਕ ਦੇ ਵਿੱਚ ਉਹ ਪ੍ਰੋਫਾਈਲ ਜਾਂਦੀ ਹੈ ਉਸ ਨੌਕ ਦੀ ਡਿਮਾਂਡ ਕਿਹੜੇ ਪ੍ਰੋਵਿੰਸ ਦੇ ਵਿੱਚ ਆ ਰਹੀ ਹੈ ਜਿਵੇਂ ਕਿ ਅਸੀਂ ਗੱਲ ਕਰੀ ਐਲਬਰਟਾ ਦੇ ਵਿੱਚ ਹੈਗੀ ਹੈ ਇਸ ਤੋਂ ਇਲਾਵਾ ਐਸਆਈਐਨਪੀ ਸਸਕਾਚੁਆਨ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਆਰਐਨਆਈਪੀ ਚ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਤੁਸੀਂ ਪੁਆਇੰਟ ਇਨਕਰੀਸ ਕਰਕੇ ਫਾਈਲ ਲਾਉਣੀ ਹੈ ਯੂ ਸ਼ੁਡ ਹੈਵ ਅ ਸਪான்ਸਰ ਫ্রম देयर ਸਪான்ਸਰ ਦੇ ਬੇਸਿਸ ਤੇ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਲਾ ਸਕਦੇ ਹੋ ਤੇ ਇਹਦੇ ਵਿੱਚ ਰਿਟੇਲ ਦੇ ਵਿੱਚ ਵੀ ਤੁਹਾਡਾ ਕੇਸ ਜਾ ਸਕਦਾ ਹੈ ਤੁਸੀਂ ਇੱਕ ਸੁਪਰਵਾਈਜ਼ਰ ਬੇਸਿਸ ਤੇ ਵੀ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ ਬਹੁਤ سارے ਤਰੀਕੇ ਨੇ ਬਟ ਡਿਪੈਂਡ ਕਰਦਾ ਹੈ ਕਿ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਡਾਟਾ ਐਂਟਰੀ ਦੇ ਵਿੱਚ ਉਹਦੇ ਕੋਲ ਜੋਬ ਰਿਸਪੌਂਸਿਬਿਲਟੀਜ਼ ਦੇ ਵਿੱਚ ਕੀ ਕੀ ਮੈਂਸ਼ਨ ਹੋ ਰਿਹਾ ਹੈ ਜੀ 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 ਬਿਲਕੁਲ ਤੇ ਮੈਂ ਅਗੂ ਜਿਵੇਂ ਸਕਿਲਡ ਵਰਕਰ ਦੀ ਗੱਲ ਕਰੀ ਸੀ ਪਰ ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹ ਰਹੀ ਸੀ ਕਿ ਜਿਵੇਂ ਤੁਸੀਂ ਹਮੇਸ਼ਾ ਸ਼ੋਅ ਦੇ ਵਿੱਚ ਦੱਸਦੇ ਹੋ ਤਾਂ ਲੱਗਦਾ ਹੈ ਕਿ ਕੈਨੇਡਾ ਕੈਨੇਡਾ ਦਾ ਪੀਆਰ ਪ੍ਰੋਸੈਸ ਬਹੁਤ ਹੀ ਈਜ਼ੀ ਹੈ ਪਰ ਇਸ ਤਰ੍ਹਾਂ ਸੁਣ ਕੇ ਈਜ਼ੀ ਲੱਗਣਾ ਪਰ ਆਪਾਂ ਜਦੋਂ ਪ੍ਰੋਸੈਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਿੰਨਾ ਕੁ ਫਰਕ ਹੈ ਮੈਮ ਬਹੁਤ ਤੁਸੀਂ ਬਹੁਤ ਹੀ ਰਾਈਟ ਕੁਐਸਚਨ ਜਿਹੜਾ ਹੈ ਉਹ ਪੁੱਟ ਕੀਤਾ ਹੈ ਬਹੁਤ ਸਾਰੇ ਇੱਦਾਂ ਦੇ ਐਪਲੀਕੈਂਟਸ ਨੇ ਜੋ ਕਿ ਬਹੁਤ ਹਰਾਸ ਹੋ ਚੁੱਕੇ ਨੇ ਬਿਕਾਜ਼ ਉਹਨਾਂ ਦਾ ਡਰਾਅ ਦੇ ਵਿੱਚ ਨੰਬਰ ਨਹੀਂ ਪੈ ਰਿਹਾ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਵੇਂ ਅਪਲਾਈ ਕਰੀਏ ਕਿ ਸਾਡਾ ਜਿਹੜਾ ਵੀਜ਼ਾ ਹੈ ਉਹ ਛੇਤੀ ਆਏ ਡਰਾਅ 'ਚ ਨੰਬਰ ਛੇਤੀ ਆਏ ਫਾਈਲ ਲਾਣ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਫਾਈਲ ਦਾ ਬਹੁਤ ਜ਼ਿਆਦਾ ਇਵਨ ਸਮ ਟਾਈਮ ਐਪਲੀਕੈਂਟ ਖੁਦ ਵੀ ਬਹੁਤ ਜ਼ਿਆਦਾ ਅਵੇਅਰ ਹੁੰਦਾ ਉਹਨੂੰ ਪਤਾ ਹੁੰਦਾ ਕਿਹੜੇ ਪੋਰਟਲ ਤੇ ਜਾ ਕੇ ਮੈਂ ਫਾਈਲ ਨੂੰ ਅਪਲੋਡ ਕਰਨਾ ਹੈ ਬਟ ਸਿਰਫ ਫਾਈਲ ਨਾਲ ਲਾਣ ਤੋਂ ਤੁਹਾਡਾ ਵੀਜ਼ਾ ਸਿਕਿਉਰ ਨਹੀਂ ਤਾਨੂੰ ਉਸਦੇ ਪੁਆਇੰਟ ਨੂੰ ਜਿਹੜਾ ਸਕੋਰ ਜਿਹੜਾ ਕੱਟਆਫ ਜਾ ਰਿਹਾ ਉਸਦੇ ਕੋਲ ਲੈ ਕੇ ਜਾਣਾ ਹੁੰਦਾ ਤੇ ਕਿਹੜਾ ਨੋਕ ਕਿੱਥੇ ਡਿਮਾਂਡ ਦੇ ਵਿੱਚ ਹੈ ਤੇ ਉਸਦੇ ਨਾਲ ਅਪਡੇਟ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਕ ਕੰਸਲਟੈਂਟ ਸਹੀ ਚੋਣ ਕਰਨ ਨਾਲ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬੇਫਿਕਰ ਹੋ ਸਕਦੇ ਹੋ ਤੁਸੀਂ ਆਪਣੀ ਜਿਹੜੀ ਜਿੰਮੇਵਾਰੀ ਇਹ ਕੰਸਲਟੈਂਟ ਨੂੰ ਦੇ ਕੇ ਸਾਨੂੰ ਦੇ ਕੇ ਆਪਣੀ ਜਿਹੜੀ ਕੱਟਆਫ ਹੈ ਉਸਦੇ ਨੇੜੇ ਆਪਣੀ ਫਾਈਲ ਨੂੰ ਪਹੁੰਚਾ ਸਕਦੇ ਹੋ ਬਟ ਵੀ ਨੀਡ ਟਾਈਮ ਫॉर दैट ਬਿਕੋਜ਼ ਅਸੀਂ ਵੀ ਪੂਰਾ ਐਕਸਪਲੋਰ ਕਰਦੇ ਆ ਸਾਡੇ ਕੋਲ ਬਹੁਤ ਵੱਡੀ ਟੀਮ ਹੈ ਹਰ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਸੀਆਈਸੀਸੀ ਮੈਂਬਰ ਸਾਡੇ ਨਾਲ ਕੰਮ ਕਰ ਰਹੇ ਨੇ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਫਾਈਲ ਹੈ ਕਟ-ਆਫ ਦੇ ਨੇੜੇ ਪਹੁੰਚਦਾ ਹੈ ਉਸ ਦੇ ਅਕੋਰਡਿੰਗ ਅਸੀਂ ਤੁਹਾਡੀ ਪ੍ਰੋਫਾਈਲ ਤੇ ਐਕਟ ਕਰਦੇ ਆ ਸਮ ਟਾਈਮ ਸਕੋਰ ਕੱਟ ਹੁੰਦਾ ਹੈ ਆਲਸ ਦਾ ਸਮ ਟਾਈਮ ਐਕਸਪੀਰੀਅੰਸ ਕੱਟ ਹੁੰਦਾ ਹੈ ਸਮ ਟਾਈਮ ਏਜ ਜ਼ਿਆਦਾ ਹੁੰਦੀ ਹੈ ਬਹੁਤ ਸਾਰੀ ਹਰਡਲਸ ਹੁੰਦੀਆਂ ਇਹਨਾਂ ਸਾਰਿਆਂ ਨੂੰ ਸਮਝਦੇ ਹੋਏ ਕਿੱਥੇ ਤੁਹਾਡਾ ਪ੍ਰੋਫਾਈਲ ਨਾ ਲਾਣ ਦੇ ਨਾਲ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਆਏਗਾ ਉਹ ਸਭ ਦੇਖ ਕੇ ਜਿਹੜੀ ਫਾਈਲ ਹੈ ਉਹਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਜੀ ਕਿੰਨਾ ਕੁ ਟਾਈਮ ਆਪਾਂ ਮੰਨ ਕੇ ਚੱਲੀਏ ਕਿ ਪੀਆਰ ਲੈਂਡ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਔਰ ਵੈਸੇ ਤਾਂ ਮੈਮੀ ਡਰਾ ਤੇ ਡਿਪੈਂਡ ਕਰਦਾ ਹੈ ਕਿ ਕਿਹੜੀ ਪ੍ਰੋਵਿੰਸ ਦਾ ਡਰਾ ਕਦੋਂ ਆ ਰਿਹਾ ਹੈ ਬਟ ਸਮ ਟਾਈਮ ਸਾਡੇ ਕੋਲ ਕੁਝ ਪ੍ਰੋਗਰਾਮ ਐਦਾ ਦੇ ਵੀ ਹੈਗੇ ਜਿਨ੍ਹਾਂ ਦੇ ਵਿੱਚ ਡਰਾ ਤੇ ਨਹੀਂ ਸਾਨੂੰ ਡਿਪੈਂਡ ਹੋਣਾ ਪੈ ਰਿਹਾ ਤੁਸੀਂ ਪਹਿਲਾਂ ਆਪਣਾ ਜਿਹੜਾ ਵੀਜ਼ਾ ਹੈ ਉਹ ਵਰਕ ਪਰਮਿਟ ਲੈ ਕੇ ਡਰਾ ਦਾ ਜਿਹੜਾ ਵੇਟਿੰਗ ਟਾਈਮ ਹੈ ਯੂ ਕੈਨ ਵੇਟ ਇਨ ਕੈਨੇਡਾ ਕਿ ਟਿਲ ਦਾ ਟਾਈਮ ਯੂ ਆਰ ਵੇਟਿੰਗ ਫॉर ਯੂਅਰ ਪੀਆਰ ਤੁਸੀਂ ਉੱਥੇ ਜਾ ਕੇ ਡਾਲਰਸ ਦੇ ਵਿੱਚ ਔਨ ਕਰ ਸਕਦੇ ਹੋ ਜੀ ਬਿਲਕੁਲ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਕੀ ਸਵਾਲ ਹੈ ਤੁਹਾਡਾ ਨਾ 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 ਆਪਣੇ ਹਸਬੰਡ ਲਈ ਕੁਛ ਨੋਤੀ ਪਿਆਰ ਦਾ ਨਾ ਹਾਂਜੀ ਪ੍ਰੋਫਾਈਲ ਦੱਸੋ ਹਾਂਜੀ ਆਪੇ ਚੈੱਕ ਕਰੀ ਹੋਈ ਹੈ ਜੀ ਉਹਨਾਂ ਨੇ ਠੀਕ ਹੈ ਹਾਂਜੀ ਪ੍ਰੋਡਕਸ਼ਨ ਇੰਜੀਨੀਅਰ ਦਾ ਐਕਸਪੀਰੀਅੰਸ ਉਹਨਾਂ ਦਾ ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈ ਮੈਮ 5 ਸਾਲ ਦਾ ਜੀ ਠੀਕ ਹੈ ਆਲਸ ਦੇ ਵਿੱਚ ਕੀ ਸਕੋਰ ਹੈ ਮੈਮ ਆਲਸ ਦੇ ਵਿੱਚ ਮੈਂ 5 ਬੈਂਡ 5 ਬੈਂਡ ਨੇ ਇਹੀ ਜਿਹੜੀ ਗੱਲ ਹੈ ਦੇਖੋ ਬਹੁਤ ਹੀ ਸਮਝਣ ਵਾਲੀ ਗੱਲ ਹੈ ਬੀਟੈਕ ਕੀਤੀ ਹੈ ਡਿਗਰੀ ਤੁਸੀਂ ਕੀਤੀ ہوئی ਹੈ ਇੰਜੀਨੀਅਰ ਪ੍ਰੋਫਾਈਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਬਟ ਆਲਸਾ ਸਕੋਰ ਜਿਹੜਾ ਹੈ ਬਹੁਤ ਹੀ ਘੱਟ ਹੈ ਆਲਸਤੇ ਸਕੋਰ ਦੇ ਅਕੋਰਡਿੰਗ ਸਾਨੂੰ ਪਹਿਲਾਂ ਤਾਂ ਇਹ ਐਕਸਪਲੋਰ ਕਰਨਾ ਪੈਣਾ ਹੈ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਇਹ ਜਿਹੜਾ ਨੋਕ ਹੈ ਵਿਦਾਊਟ ਐਨੀ ਸਪான்ਸਰ ਡਿਮਾਂਡ ਦੇ ਵਿੱਚ ਹੈਗਾ ਜੇ ਮੰਨ ਲੀ ਮੰਨ ਲਓ ਇਹ ਪ੍ਰੋਫੈਸ਼ਨ ਕਿਤੇ ਵੀ ਡਿਮਾਂਡ ਦੇ ਵਿੱਚ ਨਹੀਂ ਹੈ ਬਿਕੋਜ਼ ਜਿੰਨਾ ਤੁਸੀਂ ਸਕੋਰ ਦੱਸਿਆ ਹੈ ਇਸ ਸਕੋਰ ਨਾਲ ਅਲਬਰਟਾ ਤੇ ਸਸਕੈਚੂਨ ਦੋਨਾਂ ਵਿੱਚ ਤੁਸੀਂ ਨਹੀਂ ਅਪਲਾਈ ਕਰ ਸਕਦੇ ਸਕੋਰ ਬਹੁਤ ਜ਼ਿਆਦਾ ਘੱਟ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਸਕੋਰ ਨੂੰ ਇੰਪਰੂਵ ਕਰਨ ਦੀ ਲੋੜ ਹੈ ਰੈਸਟ ਜੇ ਆਪਾਂ ਨੂੰ ਐਕਸਟਰਾਔਡੀਨਰੀ ਵਰਕਆਊਟ ਕਰਨਾ ਪੈ ਰਿਹਾ ਹੈ ਤੁਹਾਡੀ ਪ੍ਰੋਫਾਈਲ ਦੇ ਵਿੱਚ ਫਿਰ ਅਸੀਂ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਦੇ ਵਿੱਚ ਜੋ responsibilities ਨੂੰ ਮੈਚ ਕਰਕੇ ਇੱਕ ਸਪான்ਸਰ ਤੁਹਾਡੇ ਲਈ ਅਰੇਂਜ ਕਰਕੇ ਤੇ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਫਾਈਲ ਲਾਵਾਂਗੇ ਉਹਦਾ ਕਟ-ਆਫ ਕਿੰਨਾ ਜਾ ਰਿਹਾ ਉਹ ਚੈੱਕ ਕਰਕੇ ਤੁਹਾਡੀ ਫਾਈਲ ਨੂੰ ਰਿਪਰੈਜ਼ੈਂਟ ਕਰ ਸਕਦੇ ਆਂ ਬਟ ਮੈਂ ਰਾਈਟ ਨਾਊ ਤੁਹਾਨੂੰ ਇਹੀ ਰეკਮੈਂਡ ਕਰਾਂਗੀ ਕਿ ਤੁਸੀਂ ਆਪਣੇ ਜਿਹੜਾ ਸਕੋਰ ਹੈ ਉਹਨੂੰ 6 ਇਚ ਤੱਕ ਲੈ ਕੇ ਜਾਓ 6 ਇਚ ਦਾ ਮਤਲਬ ਹੈ ਕਿ ਤੁਸੀਂ ਡਾਇਰੈਕਟਲੀ ਅਲਬਰਟਾ ਦੇ ਟੈਕ ਪਾਇਲਟ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਹੋਦੋ ਜੀ ਬਿਲਕੁਲ ਤੇ ਸਕਿਲਡ ਵਰਕਰ ਵੀਜ਼ਾ ਦੀ ਮੈਂ ਉਹ ਗੱਲ ਜ਼ਰੂਰ ਕਰਨਾ ਚਾਹੂੰਗੀ ਅਲੱਗ ਅਲੱਗ ਲਗ ਕੈਟਾਗਰੀਜ਼ ਆ ਜਿਵੇਂ ਕਿ ਤੁਸੀਂ ਦੱਸ ਦਿਓ ਕਿ ਕਈ ਫੀਲਡ ਵਾਲੇ ਜੋ ਹੈ ਇਸ ਵਿੱਚ ਅਪਲਾਈ ਕਰ ਸਕਦੇ ਨੇ ਸੋ ਪ੍ਰੋਪਰਲੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਹਦੇ ਵਿੱਚ ਵੀ ਕਿਸ ਤਰ੍ਹਾਂ ਦੇ ਡਾਕੂਮੈਂਟਸ ਵੀ ਇਹਦੇ ਵਿੱਚ ਚਾਹੀਦੇ ਆ ਔਰ ਅਗਰ ਇਸ ਆਪਾਂ ਪੂਰੀ ਲਿਸਟ ਦੀ ਗੱਲ ਕਰੀਏ ਤਾਂ ਇਹ ਜਾਣਕਾਰੀ ਸਟੂਡੈਂਟਸ ਨੂੰ ਕਿੱਥੋਂ ਮਿਲ ਜਾ ਰਹੀ ਹੈ ਕਿ ਵਾਕਈ ਜੋ ਜਿਸ ਫੀਲਡ ਵਿੱਚ ਉਹ ਵੀ ਕੰਮ ਕਰ ਰਹੇ ਨੇ ਕਈ ਸਾਲਾਂ ਤੋਂ ਉਹ ਉਹਦੇ ਵਿੱਚ ਐਪਲੀਕੇਬਲ ਹੈ ਕਿ ਨਹੀਂ ਹੈ ਆ ਬਿਲਕੁਲ ਮੈਮ ਇਹ ਗਵਰਨਮੈਂਟ ਦੀ ਵੈਬਸਾਈਟ ਹੈ CIC ਦੀ ਸਾਈਟ ਤੇ ਜਾ ਕੇ ਜੇ ਤੁਸੀਂ ਨੋਕ ਬਾਰੇ ਸਰਚ ਕਰਦੇ ਹੋ ਨੋਕ ਦੇ ਅਕੋਰਡਿੰਗ ਯੂ ਕੈਨ ਗੈਟ ਟੂ ਨੋ ਕਿ ਕਿਹੜਾ ਤੁਹਾਡਾ ਜਿਹੜਾ profession ਹੈ ਉਹ ਕਿੱਥੇ ਡਿਮਾਂਡ ਦੇ ਵਿੱਚ ਆ ਰਿਹਾ ਹੈ ਤੇ profession ਦੇ ਅਕੋਰਡਿੰਗ ਤੁਹਾਡਾ ਨੋਕ ਕੀ ਹੋਏਗਾ ਤੇ ਉਹ ਨੋਕ ਦੀ ਰਿਸਪੌਂਸਿਬਿਲਟੀ ਕੀ ਹੈ ਸਮ ਟਾਈਮ ਕੀ ਹੁੰਦਾ ਹੈ ਨੈਨੀ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਡਿਫਰੈਂਟ ਹੁੰਦੀ ਹੈ ਨਰਸ ਦੀ ਡਿਫਰੈਂਟ ਹੁੰਦੀ ਹੈ ਤੇ ਉਹਦੇ ਚ ਮੈਂਸ਼ਨ ਵੀ ਹੁੰਦਾ ਹੈ ਕਿ ਕਿਹੜਾ profession ਇਸ ਤੋਂ ਐਕਸਕਲੂਡ ਹੈ ਤੇ ਕਿਹੜਾ ਇਨਕਲੂਡ ਹੈ ਬਟ ਗੱਲ ਉੱਥੇ ਆਉਂਦੀ ਹੈ ਜੇ ਤੁਸੀਂ ਸਕਸੈਸਫੁਲੀ ਕੰਮ ਕਰਾਨਾ ਹੈ ਸਕਸੈਸਫੁਲੀ ਦੇ ਵਿੱਚ ਤੁਹਾਨੂੰ ਕਟ-ਆਫ ਦੇ ਨੇੜੇ ਹੀ ਪਹੁੰਚਣਾ ਪੈਣਾ ਹੈ ਸਮ ਟਾਈਮ ਬਹੁਤ ਵਧੀਆ ਪ੍ਰੋਫਾਈਲ ਹੁੰਦਾ ਹੈ ਜੇ ਆਪਾਂ ਬਹੁਤ ਵਧੀਆ ਦੀ ਗੱਲ ਕਰਦੇ ਹਾਂ ਬਹੁਤ ਵਧੀਆ ਦੀ ਡੈਫੀਨੇਸ਼ਨ ਵੀ ਮੈਂ ਤੁਹਾਨੂੰ ਇੱਥੇ ਦੇਣਾ ਚਾਹਨੀ ਆ ਕਿ ਬਹੁਤ ਵਧੀਆ ਦਾ ਮਤਲਬ ਹੁੰਦਾ ਹੈ ਕਿ ਐਪਲੀਕੈਂਟ ਐਪਲੀਕੈਂਟ ਕੋਲ ਮਾਸਟਰਸ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਮਿਨਿਮਮ 2 ਸਾਲ ਦਾ ਕਿਸੇ ਵੀ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਸੇਮ ਫੀਲਡ ਦੇ ਵਿੱਚ ਜੋ ਵੀ 2 ਸਾਲ ਦਾ ਐਕਸਪੀਰੀਅੰਸ ਹੈ ਸੇਮ ਫੀਲਡ ਦੇ ਵਿੱਚ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ 8.7 ਜਿਹੜਾ ਜਰਨਲ ਦੇ ਵਿੱਚ ਆਲਸ ਦਾ ਸਕੋਰ ਹੋਣਾ ਚਾਹੀਦਾ ਹੈ ਏਜ ਤੁਹਾਡੀ 32 ਤੋਂ ਬਿਲੋ ਹੋਣੀ ਚਾਹੀਦੀ ਹੈ ਇਹ ਇੱਕ ਪਰਫੈਕਟ ਪ੍ਰੋਫਾਈਲ ਹੁੰਦਾ ਹੈ ਇੱਕ ਆਪਣੇ ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲਾਉਣ ਲਈ ਜੇ ਤੁਹਾਡੇ ਪ੍ਰੋਫਾਈਲ ਦੇ ਵਿੱਚ ਕਿੱਥੇ ਵੀ ਕਮੀ ਆ ਰਹੀ ਹੈ ਤੁਹਾਡੀ ਏ ਜਿਆਦਾ ਹੋ ਰਹੀ ਹੈ ਤੁਹਾਡਾ এডਿਕੇਸ਼ਨ ਮਾਸਟਰਸ ਨਹੀਂ ਹੈ ਤੁਹਾਡਾ ਐਕਸਪੀਰੀਅੰਸ ਵੱਧ ਗਿਆ ਹੈ ਜਾਂ ਘਟ ਗਿਆ ਹੈ ਤੇ ਤਾਂ ਤੁਸੀਂ ਪੀਐਨਪੀ ਦੇ ਥਰੂ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਦੇ ਹੋ ਜਿਵੇਂ ਫੋਰਨ ਐਗਜ਼ੈਂਪਲ ਅਸੀਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਅਸੀਂ ਬਹੁਤ ਸਾਰੇ ਸਟੇਟਸ ਹੈਗੇ ਆ ਜਿੱਥੇ ਅਪਲਾਈ ਕਰਦੇ ਆ ਸਾਨੂੰ ਇਹ ਗੱਲ ਪਤਾ ਹੈ ਕਿ ਦੂਸਰੇ ਸਟੇਟ ਦੇ ਵਿੱਚ ਇਹ ਜਿਹੜੀ ਜੌਬ ਹੈ ਅਵੇਲੇਬਲ ਹੈ ਬਟ ਮੈਂ ਆਪਣੇ ਸਟੇਟ ਦੇ ਵਿੱਚ ਸੀਟਾਂ ਜਿਹੜੀਆਂ ਫੁੱਲ ਹੋ ਚੁੱਕੀਆਂ ਹਨ ਬਟ ਤੁਸੀਂ ਉਸ ਸਟੇਟ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿ ਜੀ ਮੈਂ ਆਊਟਰ ਉੱਤੇ ਤੋਂ ਆਪਣਾ ਅਪਲਾਈ ਕਰਨਾ ਚਾਹੁੰਦਾ ਹੈ ਸੇਮ ਵਿਦ ਦੀ ਕੈਨੇਡਾ ਤੁਸੀਂ ਜਿਹੜਾ profession డిమాండ్ ਦੇ ਵਿਚਾਰਿਆ ਸਮ ਟਾਈਮ ਰੂਰਲ ਜਿਹੜੀ ਸਿਟੀਜ਼ ਹੁੰਦੀਆਂ ਉੱਥੇ ਪੰਜ ਬੈਂਡ ਲਈ ਵੀ ਨਾਲ ਵੀ ਤੁਸੀਂ ਕੁਆਲੀਫਾਈ ਹੋ ਰਹੇ ਹੋ ਸਮ ਟਾਈਮ ਤੁਸੀਂ ਸਕਿਲਡ ਦੇ ਵਿੱਚ A77 ਨਾਲ ਵੀ ਨਹੀਂ ਕੁਆਲੀਫਾਈ ਹੋ ਪਾਉਂਦੇ ਹੋ ਬਿਕੋਜ਼ ਕੱਟਆਫ ਜਿਹੜਾ ਹੈ ਉਹ ਤੁਹਾਡੇ ਸਕੋਰ ਤੋਂ ਬਹੁਤ ਅੱਗੇ ਚੱਲ ਰਿਹਾ ਹੁੰਦਾ ਹੈ ਤੇ ਇਹ ਬਹੁਤ ਸਾਰੀਆਂ ਗੱਲਾਂ ਵਨ ਟੂ ਵਨ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਬਿਕੋਜ਼ ਬਿਕੋਜ਼ ਹਰ ਇੱਕ ਪ੍ਰੋਫਾਈਲ ਜਿਹੜੀ ਹੈ ਉਹ ਯੂਨਿਕ ਹੁੰਦੀ ਹੈ ਹਰ ਪ੍ਰੋਫਾਈਲ ਦਾ ਡਿਫਰੈਂਟ ਐਕਸਪੀਰੀਅੰਸ ਹੁੰਦਾ ਡਿਫਰੈਂਟ ਪ੍ਰੋਫਾਈਲ ਹੁੰਦੀ ਹੈ ਇਹ ਗੱਲਾਂ ਜਦੋਂ ਵੀ ਕੋਈ ਕੈਂਡੀਡੇਟ ਸਾਨੂੰ ਵਿਜ਼ਿਟ ਕਰਦਾ ਅਸੀਂ ਹਰ ਇੱਕ ਪ੍ਰੋਫਾਈਲ ਨੂੰ ਪ੍ਰੋਪਰ ਅਸੈਸ ਕਰਦੇ ਹਾਂ ਸਾਡੀ ਜਿਹੜੀ ਕੈਨੇਡਾ ਦੀ ਟੀਮ ਹੈ ਉਹ ਵੀ ਪ੍ਰੋਪਰ ਅਸੈਸ ਕਰਕੇ ਇੱਕ ਰਿਪੋਰਟ ਜਿਹੜੀ ਹੈ ਉਹ ਐਪਲੀਕੈਂਟ ਨਾਲ ਸ਼ੇਅਰ ਕਰਦੀ ਹੈ ਜੀ ਜੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਜੀ ਮੈਂ ਮੇਰਾ ਨਾਮ ਰੋਹਨ ਹੈ ਜੀ ਇਹ ਮੈਨੂੰ ਆਪਣੀ ਸਿਸਟਰ ਬਾਰੇ ਮੈਮ ਅਬ ਇਨਫੋਰਮੇਸ਼ਨ ਲੈਣੀ ਸੀ ਹਾਂਜੀ ਆਪਣੀ ਸਿਸਟਰ ਦੀ ਪ੍ਰੋਫਾਈਲ ਦੱਸ ਦੋ ਹਾਂਜੀ ਜੀ ਮੈਂ ਰੋਹਨ ਨੇ ਉਹਨੇ ਕਾਲ ਕੀਤੀ ਹੈ ਤੇ ਉਸ ਤੋਂ ਬਾਅਦ ओके ਜੀ ਦੋਨੋਂ ਦੇ 6.0 ਤੇ ਉਹਨਾਂ ਨੂੰ ਸਟਡੀ ਵੀਜ਼ਾ ਤੇ ਜਾਣਾ ਹੈ ਸਟਡੀ ਵਾਸਤੇ ਜੀ ਆ ਜੇ ਤੁਸੀਂ ਸਟਡੀ ਵੀਜ਼ਾ ਦੇ ਅਪਲਾਈ ਕਰਨਾ ਹੈ ਫਿਰ ਆਲਸ ਜਿਹੜਾ ਐਕੈਡੈਮਿਕ ਹੋਏਗਾ ਸ਼ਾਇਦ ਤਾਨੂੰ ਨਹੀਂ ਪਤਾ ਹੋਣਾ ਅ ਅਕੈਡੈਮਿਕ ਹੋਏਗਾ ਜਾਂ ਫਿਰ ਜੇ ਤੁਸੀਂ ਜੀਟੀ ਕੀਤਾ ਤੇ ਜੀਟੀ ਅ ਸਟੱਡੀ ਦੇ ਲਈ ਬਿਲਕੁਲ ਵੀ ਐਲੀਜੀਬਲ ਨਹੀਂ ਹੈ ਤੁਹਾਨੂੰ ਅਕੈਡੈਮਿਕ ਜਿਹੜੀ ਆਲਸ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ 6 ਈਚ ਦਾ ਜਿਹੜਾ ਸਕੋਰ ਹੈ ਉਹ ਰਿਕੁਆਇਰਮੈਂਟ ਦੇ ਵਿੱਚ ਆਉਂਦਾ ਜੇ ਇੱਕ ਮੋਡਿਊਲ ਦੇ ਵਿੱਚ 5.5 ਵੀ ਹੈਗਾ ਤਾਂ ਵੀ ਤੁਸੀਂ ਆਪਣਾ ਜਿਹੜਾ ਕੇਸ ਸਟੂਡੈਂਟ ਵੀਜ਼ਾ ਤੇ ਲਾ ਸਕਦੇ ਹੋ ਤੇ ਇਹਦੇ ਲਈ ਸੈਪਟੈਂਬਰ ਇਨਟੇਕ ਹਲੇ ਓਪਨ ਹੈ ਜਨਵਰੀ ਵੀ ਓਪਨ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਡਿਪੈਂਡ ਕਰਦਾ ਬੱਚੇ ਨੇ ਪਲੱਸ 2 ਜਿਹੜੀ ਹੈ ਉਹ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ ਤੇ ਉਹ ਸਟਰੀਮ ਤੋਂ ਰੈਲੇਵੈਂਟ ਜਿਹੜਾ ਕੋਰਸ ਹੈ ਉਹ ਬੱਚੇ ਨੂੰ ਅਸੀਂ ਦੁਲਾਨਨੇ ਆ ਐਸਡਸ ਕੈਟੇਗਰੀ ਦੇ ਵਿੱਚ ਬਹੁਤ ਸਾਰੇ ਵਧੀਆ ਕਾਲਜ ਜਿਹਦੇ ਵਿੱਚ ਤੁਹਾਨੂੰ ਬਾਅਦ ਚ ਸਟੱਡੀ ਵੀਜ਼ਾ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲਦਾ ਹੈ ਸਮ ਟਾਈਮ ਕੀ ਹੁੰਦਾ ਹੈ ਬਾਹਰ ਬੱਚੇ ਨੂੰ ਆਪਸ਼ਨ ਮਿਲਦੀ ਹੈ ਤੁਸੀਂ ਪੈਕੇਜ ਲੈ ਲਓ ਤੁਸੀਂ ਫੀਸ ਆਫਟਰ ਵੀਜ਼ਾ ਲੈ ਲਓ ਬਟ ਬੱਚੇ ਉਸ ਚੀਜ਼ ਨੂੰ ਧਿਆਨ ਚ ਨਹੀਂ ਰੱਖਦੇ ਕਿ ਜਿਹੜਾ ਪੈਕੇਜ ਸਾਨੂੰ ਮਿਲ ਰਿਹਾ ਉਹ ਕਿਸ ਕਾਲਜ ਦੇ ਵਿੱਚ ਮਿਲ ਰਿਹਾ ਹੈ ਕੀ ਉਸ ਕਾਲਜ ਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਅਵੇਲ ਹੈ ਕਿ ਨਹੀਂ ਹੈ ਸਭ ਤੋਂ ਪਹਿਲਾਂ CIC ਦੀ ਸਾਈਟ ਤੋਂ ਜਾ ਕੇ ਤੁਸੀਂ ਵਿਜ਼ਿਟ ਕਰੋ ਤੇ ਆਪਣੀ ਜਿਹੜੀ ਫਾਈਲ ਹੈ ਉਹ ਇੱਕ CIC ਸੀ ਮੈਂਬਰ ਦੇ ਥਰੂ ਹੀ ਲਾਓ ਇੱਕ ਕੰਸਲਟੈਂਟ ਨੂੰ ਚੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਦੇ ਨਾਲ ਨਾਲ ਇਹ ਵੀ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੇਰੀ ਫਾਈਲ ਸਹੀ ਕਾਲਜ ਦੇ ਵਿੱਚ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ ਕਿ ਮੇਰੀ ਫਾਈਲ ਜੋ ਰਿਪਰੈਜ਼ੈਂਟ ਕਰ ਰਿਹਾ ਹੈ ਉਹ ਲਾਇਸੈਂਸ ਕੰਸਲਟੈਂਟ ਹੈ ਕਿ ਨਹੀਂ ਜੀ ਜੀ ਬਿਲਕੁਲ ਸੋ ਇਹ ਦੇਖੋ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਉਮੀਦ ਇਹ ਹੀ ਕਰਦੇ ਹਾਂ ਕਿ ਖਾਸ ਜਾਣਕਾਰੀ ਜੋ ਅਸੀਂ ਸ਼ੋਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਆਪਣੇ ਮਾਈਂਡ ਵਿੱਚ ਰੱਖਿਆ ਕਰੋ ਕਿਤੇ ਵੀ ਕੋਈ ਪਰੇਸ਼ਾਨੀ ਹੋਵੇ ਤਾਂ ਇਹ ਨੰਬਰ ਜਿਹੜਾ ਇਸ ਨੂੰ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ ਜਿਸ ਉੱਪਰ ਕਾਲ ਕਰੋ ਔਰ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਸਤਿ ਸ਼੍ਰੀ ਅਕਾਲ ਮੈਂ

family PR ਲਈ ਹਾਂਜੀ ਆ ਬਿਲਕੁਲ ਸਿਮਰਨ ਤੁਸੀਂ ਅਪਲਾਈ ਕਰ ਸਕਦੇ ਹੋ ਟੀਚਰ ਪ੍ਰੋਫਾਈਲ ਦੇ ਲਈ ਇੱਕ ਤਾਂ ਟੀਚਰ ਦਾ ਜਿਹੜਾ profession ਆ ਉਹ demand ਦੇ ਵਿੱਚ ਸਕੈਚਵਨ ਦੇ ਵਿੱਚ ਵੀ ਚੱਲ ਰਿਹਾ ਤੇ ਇਸ ਤੋਂ ਇਲਾਵਾ ਤੁਸੀਂ ਅਲਬਰਟਾ ਵੀ ਆਪਣੀ ਫਾਈਲ ला ਸਕਦੇ ਹੋ ਤੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ province ਵੀ ਹੈਗੇ ਜਿਦੇ ਵਿੱਚ sponsor ਵੀ available ਹੈ ਉਹਦੇ ਜੇ ਤੁਸੀਂ ਵਿਦ ਫੈਮਿਲੀ ਜਿਹੜੀ ਆਪਣੀ PR ला ਸਕਦੇ ਹੋ PR ਦਾ ਸਭ ਤੋਂ ਖਾਸ ਜਿਹੜਾ ਪੁਆਇੰਟ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ PR ਜਦੋਂ ਅਸੀਂ ਅਪਲਾਈ ਕਰਦੇ ਹਾਂ ਉਹ ਵਿਦ ਫੈਮਿਲੀ ਹੀ ਹੁੰਦਾ ਉਹਦੇ ਚ ਪੂਰੀ ਫੈਮਿਲੀ ਦਾ ਜਿਹੜਾ ਖਰਚਾ ਹੈ ਉਹ ਇਕੱਠਾ ਹੁੰਦਾ ਹੈ ਐਮਬੈਸੀ ਫੀਸ ਡਿਫਰੈਂਟ ਹੁੰਦੀ ਹੈ ਬਟ ਜਿਹੜੀ ਫਾਈਲ ਲਾਉਣ ਦਾ ਖਰਚਾ ਉਹ ਸੇਮ ਹੀ ਹੁੰਦਾ ਹੈ ਉਹਦੇ ਚ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਇਕੱਠਾ ਲੈ ਕੇ ਕੈਨੇਡਾ ਜਾ ਸਕਦੇ ਹੋ ਜੀ ਬਿਲਕੁਲ ਤੇ ਮੈਂ ਅੱਗੋ ਗੱਲ ਕਰਾਂ ਅਗਰ ਸਕਿਲਡ ਵਰਕਰ ਵੀਜ਼ਾ ਦੀ ਕੈਟਾਗਰੀ ਵਿੱਚ ਤੁਸੀਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਆਰਟਿਸਟ ਵੀ ਜਿਹੜੇ ਨੇ ਚਾਹੇ ਡਾਇਰੈਕਟਰ ਹੈ ਐਕਟਰ ਹੈ ਸਿੰਗਰ ਹੈ ਉਹ ਵੀ ਅਪਲਾਈ ਕਰ ਸਕਦੇ ਨੇ ਸੋ ਇਸ ਤਰ੍ਹਾਂ ਦੀ ਫੀਲਡ ਦੇ ਵਿੱਚ ਕਈ ਵਾਰੀ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਮਿਲਦੇ ਤਾਂ ਉਹ ਕਿਵੇਂ ਅਪਲਾਈ ਕਰ ਸਕਦੇ ਆ ਬਿਲਕੁਲ ਰਾਈਟ ਮੈਮ ਇਹ ਬਹੁਤ ਹੀ ਤੁਹਾਡਾ ਰਾਈਟ ਕੁਐਸਚਨ ਹੈ ਬੇਸਿਕਲੀ ਇਸ ਜਿਹੜੀ ਕੈਟਾਗਰੀ ਨੂੰ 셀ਫ এমਪਲoyed ਕੈਟਾਗਰੀ ਕਿਹਾ ਜਾਂਦਾ ਹੈ 셀ਫ এমਪਲoyed ਕੈਟਾਗਰੀ ਦੇ ਵਿੱਚ ਜੇ ਤੁਸੀਂ ਆਪਣੇ ਆਪ ਤੋਂ ਕੋਈ এমਪਲੋਇਮੈਂਟ ਜਿਹੜੀ ਹੈ ਕ੍ਰੀਏਟ ਕਰ ਰਹੇ ਹੋ ਤੁਸੀਂ ਉਸ ਸਸਤੇ ਜਿਹੜੀ ਆਪਣੀ ਫਾਈਲ ਹੈ ਪੀਆਰ ਲਈ ਲਾ ਸਕਦੇ ਹੋ ਇਹਦੇ ਚ ਕੋਈ ਡਰਾ ਦਾ ਵੇਟ ਕਰਨ ਦੀ ਬਿਲਕੁਲ ਲੋੜ ਨਹੀਂ ਹੁੰਦੀ ਇਹ ਡਾਇਰੈਕਟ ਫਾਈਲਿੰਗ ਹੁੰਦੀ ਹੈ ਦਸ ਇਸ ਫੋਰ ਪਰਸਨੈਲਿਟੀ ਜਿਹੜੀ ਫੇਮਸ ਹੁੰਦੀ ਹੈ ਜਿਵੇਂ ਐਕਟਰ ਹੋਗੇ ਡਾਇਰੈਕਟਰ ਹੋਗੇ ਇਹਦੇ ਚ ਸਾਨੂੰ ਕੋਈ ਐਕਸਪੀਰੀਅੰਸ ਐਦਾ ਦਾ ਨਹੀਂ ਚਾਹੀਦਾ ਕਿ ਅਸੀਂ ਜੀ ਇਸ ਕੰਪਨੀ ਚ ਕੰਮ ਕੀਤਾ ਹੈ ਜਾਂ ਮੈਂ ਬਿਜ਼ਨਸ ਰਨ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਰੈਫਰੈਂਸ ਲੈਟਰ ਜਿਹੜੇ ਆ ਉਹ ਰਿਕੁਆਇਰਡ ਹੁੰਦੇ ਜਿੰਨਾ ਵੀ ਕੋ-ਐਕਟਰਸ ਦੇ ਨਾਲ ਤੁਸੀਂ ਕੰਮ ਕੀਤਾ ਹੈ ਜਿੰਨਾ ਵੀ ਕੰਪਨੀਆਂਜ਼ ਦੇ ਨਾਲ ਤੁਸੀਂ ਕੰਮ ਕੀਤਾ ਹੈ ਜਿੰਨੇ ਵੀ ਕ੍ਰਿਊ ਟੀਮ ਹੁੰਦੀ ਹੈ ਉਹਦੇ ਨਾਲ ਤੁਸੀਂ ਕੰਮ ਕੀਤਾ ਤੁਸੀਂ ਉਹਨਾਂ ਤੋਂ ਉਹਨਾਂ ਦੇ ਪੇਪਰ ਤੇ ਲੈਟਰ ਹੈਡ ਤੇ ਲਿਖ ਕੇ ਲੈ ਸਕਦੇ ਹੋ ਕਿ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਉਸ ਬੇਸਿਸ ਤੇ ਤੁਸੀਂ ਜਿਹੜੀ ਆਪਣੀ ਪੀਆਰ ਹੈ ਉਹਨੂੰ ਫਾਈਲ ਕਰ ਸਕਦੇ ਹੋ ਤੇ ਇਹਦੇ ਕੋਈ ਹਾਰਡਨ ਫਾਸਟ ਰੂਲ ਨਹੀਂ ਹੈ ਆਲਸ ਦੀ ਕੋਈ ਮੰਡੇਟਰੀ ਨਹੀਂ ਹੈ ਤੁਸੀਂ ਐਜ਼ ਅ ਸਿੰਗਰ ਐਜ਼ ਅ ਐਕਟਰ ਐਜ਼ ਐਨ ਜੋ ਵੀ ਤੁਹਾਡਾ ਪ੍ਰੋਫਾਈਲ ਹੈ ਤੁਸੀਂ ਮੀਡੀਆ ਲਾਈਨ ਤੋਂ ਬਿਲੋਂਗ ਕਰਦੇ ਹੋ ਐਥਲੀਟ ਹੋ ਸਪੋਰਟ ਪਰਸਨ ਹੋ ਤੁਸੀਂ ਆਪਣੀ ਜਿਹੜੀ ਫਾਈਲ ਹੈ ਪੀਆਰ ਲਈ ਲਾ ਸਕਦੇ ਹੋ ਜੀ ਅਗਲਾ ਸਵਾਲ ਸੌਂਦੇ ਆ ਹਲੋ ਹਲੋ ਹਾਂ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਸਿੰਘ ਬੋਲ ਰਿਹਾ ਜਲੰਧਰ ਤੋਂ ਜੀ ਕੀ ਸਵਾਲ ਹੈ ਹਾਂ ਜੀ ਸਵਾਲ ਕੀ ਹੈ ਤੁਹਾਡਾ ਅਗਲਾ ਸਵਾਲ ਹੈ ਜੀ ਜਿਹੜਾ ਪੀਟੀ ਚੋ 55 ਹੈ हम्म हाँ। मेरा साल है। है, कि है है ठीक मेरा ऑस्ट्रेलिया बन सकता ऑस्ट्रेलिया ओके पलस टू की ग्रेजुआस की प्लस टू है कि ग्रेजुएशन की ग्रेजुशन ओके okay जी ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਅਸੈਸਮੈਂਟ ਕਰਾਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀ ਯੂਨੀਵਰਸਿਟੀ ਜਿਹੜੀ ਹੈ ਇਹਨਾਂ ਨੂੰ ਐਕਸੈਪਟ ਕਰ ਸਕਦੀ ਹੈ ਜੇ ਆਪੋ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਜਿਹੜਾ ਸਕਸੈਸ ਰੇਟ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਵਧੀਆ ਹੈ ਬਟ ਯੂਨੀਵਰਸਿਟੀ ਦੇ ਅਕੋਰਡਿੰਗ ਤੁਹਾਡਾ ਮੈਨੂੰ ਪੀਟੀ ਸਕੋਰ ਥੋੜਾ ਘੱਟ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਤੁਹਾਡੇ ਈਚ ਮੋਡਿਊਲ ਦੇ ਵਿੱਚ ਕਿੰਨੇ ਸਕੋਰ ਆਇਆ ਹੈ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਹੈ ਐਕਸੈਪਟ ਕਰੇਗੀ ਤੁਹਾਨੂੰ ਜੇ ਤੁਹਾਡਾ ਪ੍ਰੋਫਾਈਲ ਐਕਸੈਪਟ ਹੋ ਜਾਂ ਜਿਹੜੀ ਹੈ ਉਹ ਹੁੰਦੀ ਹੈ ਜੀਟੀ ਅਪਰੂਵਲ ਇਹ ਮੈਮ ਬਹੁਤ ਹੀ ਗੁੱਡ ਡਾਕੂਮੈਂਟ ਹੁੰਦਾ ਹੈ ਬਿਕੋਜ਼ ਜੀਟੀ ਅਪਰੂਵਲ ਜੈਨੂਇਨ ਟੈਂਪਰਰੀ ਐਂਟਰੈਂਟ ਜੇ ਬੱਚੇ ਦਾ ਪਾਸ ਹੋ ਜਾਂਦਾ ਹੈ ਇਹਦਾ ਮਤਲਬ 90% ਜਿਹੜਾ ਬੱਚੇ ਦਾ ਵੀਜ਼ਾ ਹੈ ਉਹ ਹੋ ਚੁੱਕਾ ਹੈ ਬਿਕੋਜ਼ ਜੋ ਰਿਸਪੌਂਸਿਬਿਲਟੀ ਪਹਿਲਾਂ ਐਮਬੈਸੀ ਦੀ ਹੁੰਦੀ ਸੀ ਕਿ ਤੁਹਾਡੇ ਫੰਡ ਵੈਰੀਫਾਈ ਕਰਨਾ ਤੁਹਾਡੀ ਫਾਈਲ ਨੂੰ ਚੈੱਕ ਕਰਨਾ ਉਹ ਜੀਟੀ ਅਪਰੂਵਲ ਦੇ ਵਿੱਚ ਕਾਲਜ ਯੂਨੀਵਰਸਿਟੀ ਪਹਿਲਾਂ ਹੀ ਕਰ ਲੈਂਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੀਟੀ ਅਪਰੂਵਲ ਆਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਟਿਊਸ਼ਨ ਫੀਸ ਹੈ ਉਹ ਪੇ ਕਰਨੀ ਹੁੰਦੀ ਹੈ ਤੇ ਇਸ ਤੋਂ ਤੁਹਾਡੀ ਜਿਹੜੀ ਫਾਈਲ ਹੈ ਉਹ ਵੀ ਸਿਕਿਉਰ ਰਹਿੰਦੀ ਹੈ ਪਲੱਸ ਤੁਹਾਡਾ ਫਾਈਨੈਂਸ਼ਲੀ ਕੋਈ ਲਾਸ ਹੋਣ ਦਾ ਵੀ ਜਿਹੜਾ ਹੈ ਉਹ ਨਹੀਂ ਰਹਿੰਦਾ ਰੀਜ਼ਨ ਨਹੀਂ ਰਹਿੰਦਾ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀਏ ਤੇ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ ਕਿ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਹੋਰ ਕੈਨੇਡਾ ਪੀਆਰ ਦੀ ਆਪਾਂ ਹਮੇਸ਼ਾ ਗੱਲ ਕਰਦੇ ਆ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਹੋਰ ਕਿਹੜੀ-ਕਿਹੜੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ ਵੀ ਆਲਸੋ ਡੂ ਵਿਜ਼ਿਟਰ ਵੀਜ਼ਾ ਸਟੂਡੈਂਟ ਵੀਜ਼ਾ ਪੀਆਰ ਪ੍ਰੋਗਰਾਮ ਐਂਡ ਵਰਕ ਪਰਮਿਟਸ ਫਾਰ ਆਲ ਕੰਟਰੀਜ਼ ਐਂਡ ਸਭ ਤੋਂ ਜ਼ਿਆਦਾ ਸਾਡਾ ਜਿਹੜਾ ਰੁਝਾਨ ਹੈ ਉਹ ਕੈਨੇਡਾ ਵੱਲ ਹੈ ਯੂਕੇ ਯੂਐਸ ਐਂਡ ਆਸਟ੍ਰੇਲੀਆ ਵੀ ਅਸੀਂ ਡੀਲ ਕਰ ਰਹੇ ਹਾਂ ਜੀ 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 ਬਿਲਕੁਲ ਤੇ ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਜੋ ਅਸੀਂ ਸ਼ੋ ਵਿੱਚ ਸ਼ਾਮਿਲ ਨਾ ਕਰ ਸਕੇ ਹੋਈਏ ਤਾਂ ਤੁਸੀਂ ਹੁਣ ਕਿਉਂਕਿ ਸਾਡੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਰਹਿ ਗਿਆ ਅਸੀਂ ਕਾਲ ਰੀਸੀਵ ਨਹੀਂ ਕਰ ਸਕਾਂਗੇ ਪਰ ਸ਼ੋ ਤੋਂ ਬਾਅਦ ਤੁਸੀਂ ਜ਼ਰੂਰ ਇਸੇ ਨੰਬਰ ਤੇ ਕਾਲ ਕਰੋ ਤੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰ ਸਕਦੇ ਹੋvarphiਰ ਤੋਂ ਦੱਸਾਂ ਮੋ 82 ਵਿੱਚ ਇਹਨਾਂ ਦਾ ਆਫਿਸ ਹੈ ਆਪਣੇ ਡਾਕੂਮੈਂਟਸ ਲੈ ਕੇ ਆਓ ਅਸੈਸਮੈਂਟ ਕਰਵਾਓ ਚਾਹੇ ਕਿ ਤੁਸੀਂ ਕੈਨੇਡਾ ਪੀਆਰ ਤੇ ਅੱਗੇ ਵਧਣਾ ਚਾਹੁੰਦੇ ਹੋ ਚਾਹੇ ਕਿ ਕੈਨੇਡਾ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਕੋਈ ਵੀ ਸਵਾਲ ਇੱਕ ਵਾਰੀ ਜ਼ਰੂਰ ਅਸੈਸਮੈਂਟ ਕਰਵਾਓ ਤਾਂ ਕਿ ਸਹੀ ਰਾਹ ਤੁਹਾਨੂੰ ਪਤਾ ਚੱਲ ਸਕੇ ਤੇ ਕਾਲਸ ਹੁਣ ਅਸੀਂ ਨਹੀਂ ਰਿਸੀਵ ਕਰ ਸਕਾਂਗੇ ਸਮਾਂ ਸਾਡੇ ਕੋਲ ਹੋ ਨਹੀਂ ਬਚਿਆ ਮਾਫੀ ਜ਼ਰੂਰ ਚਾਹਾਂਗੇ ਦਰਸ਼ਕਾਂ ਤੋਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜੀ ਕਿ ਤੁਸੀਂ ਬਹੁਤ ਖਾਸ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨ